ਕੱਕਰ ਨੇ ਪੰਜਾਬ ਨੂੰ ਇੱਕ ਹੋਰ ਮਾਰ ਮਾਰੀ ਹੈ। ਕੱਕਰ ਦਾ ਬੰਨ ਟੁੱਟ ਚੁੱਕੇ ਔਰ ਚਾਂਦਪੁਰਾ ਦੇ ਇਸ ਪਿੰਡ ਦੇ ਵਿੱਚੋਂ ਹੁੰਦਾ ਹੋਇਆ ਹੁਣ ਮਾਨਸਾ ਦੇ ਪਿੰਡਾਂ ਨੂੰ ਮਾਰ ਮਾਰਦਾ ਹੋਇਆ ਕੱਕਰ ਦਾ ਪਾਣੀ ਅੱਗੇ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ। ਉਹ ਤਸਵੀਰਾਂ ਦੇ ਵਿੱਚ ਦੇਖੋ ਕਿਵੇਂ ਦੇਖਦੇ ਦੇਖਦੇ ਹੀ ਬੰਨ ਢਹਿੰਦਾ ਹੋਇਆ ਨਜ਼ਰ ਆ ਰਿਹਾ ਹੈ। ਭਾਈ ਆ ਜਾਓ ਯਾਰ, ਆ ਜਾਓ ਆ ਜਾਓ ਸਾਰੇ ਆ ਜਾਓ, ਐਵੇਂ ਜਾਨ ਨਾ ਖਤਰੇ 'ਚ ਪਾਈਏ। ਆ ਜਾਓ ਆ ਜਾਓ ਇੱਧਰ ਨੂੰ ਆ ਜਾਓ ਆ ਜਾਓ। ਪੁਲਿਸ ਦੇ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ, ਪੁਲਿਸ ਨੇ ਦੇਖੋ ਸੀਟੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਮਿੱਟੀ ਖਿਸਕ ਰਹੀ ਹੈ, ਮਿੱਟੀ ਖਿਸਕ ਰਹੀ ਹੈ ਔਰ ਪਾਣੀ ਦਾ ਲੈਵਲ ਹੋਰ ਤੇਜ਼ ਹੋ ਰਿਹਾ ਹੈ। ਅਸੀਂ ਹਰ ਇੱਕ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਲੰਗਰਾਂ ਦਾ ਕੀ ਹਰ ਇੱਕ ਤਰ੍ਹਾਂ ਦਾ ਤਨ ਮਨ ਧਨ ਦੇ ਨਾਲ ਸੇਵਾ ਕਰਦੇ ਹਾਂ, ਪਰ ਦੁੱਖ ਦੀ ਗੱਲ ਹੈ ਡਰਾਮੇਬਾਜ਼ ਹਮੇਸ਼ਾ ਡਰਾਮੇ ਕਰਦੇ ਆ, ਪਰ ਕਿਸੇ ਨੇ ਆ ਕੇ ਸਾਡੇ ਇੱਥੇ ਕਿਸੇ ਨੇ ਆ ਕੇ ਹਾਂ ਦਾ ਨਾਰਾ ਨਹੀਂ ਮਾਰਿਆ। ਸਾਨੂੰ ਪਰਮਾਤਮਾ ਹੀ ਬਚਾ ਸਕਦਾ, ਵੈਸੇ ਕੋਈ ਬਚਣ ਦਾ ਨਾਮੋ ਨਿਸ਼ਾਨ ਨਹੀਂ ਹੈ। ਪ੍ਰਸ਼ਾਸਨ ਦੀ ਵੀ ਇਹ ਨਲਾਇਕੀ ਰਹੀ ਹੈ, ਇੱਥੇ ਕਿਉਂ ਨਹੀਂ ਪਹਿਲਾਂ ਆ ਕੇ ਧਿਆਨ ਦਿੱਤਾ ਗਿਆ। ਲਗਾਤਾਰ ਇੱਥੇ ਅਲਰਟ ਜਾਰੀ ਹੋਏ ਹੋਏ ਸੀ, ਪਿੰਡ ਵਾਲੇ ਲਗਾਤਾਰ ਇਹ ਖਦਸ਼ਾ ਜਤਾ ਰਹੇ ਸੀ ਕਿ ਇੱਥੇ ਬੰਨ ਟੁੱਟ ਸਕਦਾ ਹੈ। ਬੰਨ ਲਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਹੁਣ ਬੰਨ ਵੀ ਬੰਦ ਕਰਤਾ ਬਾਈ? ਬਾਈ ਜੀ ਬੰਨ ਲੱਗੇ ਨਹੀਂ ਸਕਦਾ ਹੁਣ, ਇਹ ਘੱਗਰ ਹੈ ਜਿਹੜਾ ਸਾਡੇ ਵਾਸਤੇ ਦੂਰੀ ਮਾਰ ਹੈ। ਬਰਸਾਤਾਂ ਦੇ ਦਿਨਾਂ 'ਚ ਹੜ੍ਹ ਆਉਂਦੇ ਆ ਅਤੇ ਜਦੋਂ ਸਾਫ਼ ਮੌਸਮ ਹੁੰਦਾ ਉਦੋਂ ਡੇਰਾਬੱਸੀ ਸਾਈਡ ਦੀਆਂ ਫੈਕਟਰੀਆਂ ਦਾ ਜਿਹੜਾ ਗੰਦਾ ਪਾਣੀ ਹੈ ਉਹ ਸਾਡੇ ਇਲਾਕੇ ਵਾਸਤੇ ਕੈਂਸਰ ਵਰਗੀਆਂ ਬਿਮਾਰੀਆਂ ਲੈ ਕੇ ਆਉਂਦਾ। ਪਿੰਡ ਵਾਲਿਆਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਇਸ ਬੰਨ ਨੂੰ ਕਿਤਨਾ ਕਿਤੇ ਰੋਕ ਦਿੱਤਾ ਜਾਵੇ, ਬੰਨ ਨੂੰ ਲਾ ਦਿੱਤਾ ਜਾਵੇ, ਪਰ ਇਹ ਬੰਨ ਹੁਣ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕੋਠੇ 'ਚ ਬਾਰੇ ਹੁਣ ਮੋਟਰਾਂ ਹੁਣ ਬਿਲਕੁਲ ਆ ਮੋਟਰ ਦੇਖੋਗੇ ਅਗਲੇ ਪਾਸੇ ਕਿਸ ਲੈਵਲ ਤੱਕ ਇਹ ਮੋਟਰ ਜਿਹੜੀ ਹੈ ਉਹ ਪਹੁੰਚ ਚੁੱਕੀ ਔਰ ਪਾਣੀ ਦਾ ਲੈਵਲ ਕਿੰਨਾ ਤੇਜ਼ ਹੈ, ਕਿੰਨੀ ਤੇਜ਼ੀ ਦੇ ਨਾਲ ਇਹ ਪਾਣੀ ਵਹਿੰਦਾ ਹੋਇਆ ਨਜ਼ਰ ਆ ਰਿਹਾ ਹੈ। ਘੱਗਰ ਨੇ ਪੰਜਾਬ ਨੂੰ ਇੱਕ ਹੋਰ ਮਾਰ ਮਾਰੀ ਹੈ। ਇਸ ਵੇਲੇ ਅਸੀਂ ਚਾਂਦਪੁਰਾ ਪਿੰਡ ਦੇ ਵਿੱਚ ਮੌਜੂਦ ਹਾਂ ਔਰ ਘੱਗਰ ਦਾ ਬੰਨ ਟੁੱਟ ਚੁੱਕਿਆ। ਤਸਵੀਰਾਂ ਪਿਛਲੇ ਪਾਸੇ ਵੇਖੋਗੇ, ਘੱਗਰ ਦਾ ਬੰਨ ਟੁੱਟ ਚੁੱਕਿਆ ਔਰ ਚਾਂਦਪੁਰਾ ਦੇ ਇਸ ਪਿੰਡ ਦੇ ਵਿੱਚੋਂ ਹੁੰਦਾ ਹੋਇਆ ਹੁਣ ਮਾਨਸਾ ਦੇ ਪਿੰਡਾਂ ਨੂੰ ਮਾਰ ਮਾਰਦਾ ਹੋਇਆ ਘੱਗਰ ਦਾ ਪਾਣੀ ਅੱਗੇ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ। ਸਵੇਰੇ 5 ਵਜੇ ਇਹ ਬੰਨ ਟੁੱਟਿਆ ਸੀ ਔਰ ਪਾਣੀ ਜੋ ਹੈ ਉਹ ਲਗਾਤਾਰ ਅੱਗੇ ਵੱਧ ਰਿਹਾ ਹੈ। ਸਰਦੂਲਗੜ੍ਹ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਸਰਦੂਲਗੜ੍ਹ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਔਰ ਮਾਨਸਾ ਦਾ ਜੋ ਖੀਰਲੇ ਪਿੰਡ ਨੇ ਉਹ ਇਸ ਬਾਰਡਰ ਏਰੀਏ ਨੂੰ ਟੱਚ ਕਰਦੇ ਨੇ। ਚਾਂਦਪੁਰਾ ਦਾ ਪਿੰਡ ਹੈ, ਹਾਲਾਂਕਿ ਪੈਂਦਾ ਇਹ ਹਰਿਆਣੇ ਦੇ ਵਿੱਚ ਹੈ ਪਰ ਪੰਜਾਬੀ ਬੈਲਟ ਇਹਦੇ ਵਿੱਚ ਹੈ ਔਰ ਇਸ ਪਿੰਡ ਦਾ ਵੀ ਇੱਕ ਆਪਣਾ ਡਿਸਪਿਊਟ ਹੈ, ਇਸ ਪਿੰਡ ਦਾ ਵੀ ਆਪਣਾ ਡਿਸਪਿਊਟ ਚੱਲ ਰਿਹਾ ਹੈ। ਉਹਦੇ ਬਾਰੇ ਵੀ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਕਿ ਆਹ ਦੇਖੋ ਆਹ ਦੇਖਦੇ ਦੇਖਦੇ ਕਿਵੇਂ ਬੰਨ ਢਹਿ ਰਿਹਾ ਹੈ। ਉਹ ਤਸਵੀਰਾਂ ਦੇ ਵਿੱਚ ਦੇਖੋ ਕਿਵੇਂ ਦੇਖਦੇ ਦੇਖਦੇ ਹੀ ਬੰਨ ਢਹਿੰਦਾ ਹੋਇਆ ਨਜ਼ਰ ਆ ਰਿਹਾ ਹੈ। ਲਗਾਤਾਰ ਮਿੱਟੀ ਖਿਸਕ ਰਹੀ ਹੈ, ਲਗਾਤਾਰ ਮਿੱਟੀ ਖਿਸਕ ਰਹੀ ਹੈ ਔਰ ਬੰਨ ਦੇਖਦੇ ਹੀ ਦੇਖਦੇ ਜੋ ਹੈ ਇਹ ਢਹਿੰਦਾ ਨਜ਼ਰ ਆ ਰਿਹਾ। ਪਾੜ ਸਵੇਰੇ ਥੋੜ੍ਹਾ ਸੀ ਪਰ ਇਹ ਪਾੜ ਹੁਣ ਵੱਧਦਾ ਜਾ ਰਿਹਾ ਹੈ। 30 ਫੁੱਟ ਦਾ ਇਹ ਪਾੜ ਹੋ ਚੁੱਕਿਆ ਜਿਹੜਾ ਕਿ ਹੁਣ ਲਾਉਣਾ ਬਹੁਤ ਔਖਾ ਹੋ ਗਿਆ। ਹਾਲਾਂਕਿ ਪਿੰਡ ਵਾਲਿਆਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਇਸ ਬੰਨ ਨੂੰ ਕਿਤਨਾ ਕਿਤੇ ਰੋਕ ਦਿੱਤਾ ਜਾਵੇ, ਬੰਨ ਨੂੰ ਲਾ ਦਿੱਤਾ ਜਾਵੇ, ਪਰ ਇਹ ਬੰਨ ਹੁਣ ਰੁਕਣ ਦਾ ਨਾਮ ਨਹੀਂ ਲੈ ਰਿਹਾ। ਬੰਨ ਲਗਾਤਾਰ ਟੁੱਟਦਾ ਜਾ ਰਿਹਾ, ਖਿਸਕਦਾ ਜਾ ਰਿਹਾ। ਦੇਖਦੇ ਹੀ ਦੇਖਦੇ ਅੱਖਾਂ ਸਾਹਮਣੇ ਤੁਸੀਂ ਵੇਖੋਗੇ ਕਿਸ ਤਰੀਕੇ ਦੇ ਨਾਲ ਇਹ ਬੰਨ ਖਿਸਕਿਆ ਹੈ ਔਰ ਜ਼ਮੀਨ ਜਿਹੜੀ ਹੈ ਕਿਵੇਂ ਇੱਥੋਂ ਦੀ ਹੁਣ ਖਿਸਕਦੀ ਹੋਈ, ਮਿੱਟੀ ਖਿਸਕਦੀ ਹੋਈ ਨਜ਼ਰ ਆ ਰਹੀ ਹੈ ਔਰ ਖੰਭਾ ਤੁਸੀਂ ਦੇਖੋ ਬਿਜਲੀ ਦਾ ਕਿਵੇਂ ਤਾਰਾਂ ਕਿਵੇਂ ਇਸ ਪੂਰੇ ਹੁਣ ਪਾਣੀ ਨੂੰ ਟੱਚ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। 30-30 ਫੁੱਟ ਪਾਣੀ ਜੋ ਹੈ ਨੀਚੇ ਚਲਾ ਗਿਆ ਹੈ, ਇੰਨਾ ਉੱਪਰ ਤੱਕ ਜੋ ਪਾਣੀ ਆ ਚੁੱਕਿਆ ਔਰ ਕੋਠੇ 'ਚ ਬਾਰੇ ਹੁਣ ਮੋਟਰਾਂ ਹੁਣ ਬਿਲਕੁਲ ਆ ਮੋਟਰ ਦੇਖੋਗੇ ਅਗਲੇ ਪਾਸੇ ਕਿਸ ਲੈਵਲ ਤੱਕ ਇਹ ਮੋਟਰ ਜਿਹੜੀ ਹੈ ਉਹ ਪਹੁੰਚ ਚੁੱਕੀ ਔਰ ਪਾਣੀ ਦਾ ਲੈਵਲ ਕਿੰਨਾ ਤੇਜ਼ ਹੈ, ਕਿੰਨੀ ਤੇਜ਼ੀ ਦੇ ਨਾਲ ਇਹ ਪਾਣੀ ਵਹਿੰਦਾ ਹੋਇਆ ਨਜ਼ਰ ਆ ਰਿਹਾ ਹੈ। ਔਰ ਖਾਸ ਤੌਰ ਦੇ ਉੱਤੇ ਦੇਖੋਗੇ ਤੁਸੀਂ ਕਿ ਕਿਵੇਂ ਆਹ ਦੇਖੋ ਕਿਵੇਂ ਥੈਲੇ ਡਿੱਗ ਰਹੇ ਨੇ, ਕਿਵੇਂ ਥੈਲੇ ਮਿੱਟੀ ਦੇ ਜੋ ਭਰੇ ਹੋਏ ਸੀ ਉਹ ਕਿਵੇਂ ਡਿੱਗਦੇ ਹੋਏ ਨਜ਼ਰ ਆ ਰਹੇ ਨੇ। ਲਗਾਤਾਰ ਇਹ ਬੰਨ ਜੋ ਹੈ ਇਸੇ ਤਰੀਕੇ ਦੇ ਨਾਲ ਧੱਸ ਰਿਹਾ, ਖਿਸਕ ਰਿਹਾ। ਪਿੰਡ ਵਾਲਿਆਂ ਦੇ ਵਾਸਤੇ ਇਸ ਵੇਲੇ ਇਹ ਮੁਸੀਬਤ ਬਣੀ ਹੋਈ ਹੈ, ਹਾਈ ਅਲਰਟ ਹੁਣ ਪੂਰੇ ਮਾਨਸਾ ਦੇ ਵਿੱਚ ਜਾਰੀ ਕਰ ਦਿੱਤਾ ਗਿਆ। ਸਾਡੇ ਨਾਲ ਬਾਈ ਹੋਣੀ ਮੌਜੂਦ ਨੇ ਜੋ ਲਗਾਤਾਰ ਇੱਥੇ ਸੇਵਾ ਕਰ ਰਹੇ ਨੇ। ਬਾਈ ਕਿਵੇਂ ਇਸ ਵੇਲੇ ਮਾਹੌਲ ਕੀ ਹੈ ਪਿੰਡ ਦੇ ਵਿੱਚ, ਕਿਉਂਕਿ ਲਗਾਤਾਰ ਇਹ ਅਸੀਂ ਦੇਖ ਰਹੇ ਹਾਂ ਆਪਣੇ ਅੱਖਾਂ ਸਾਹਮਣੇ ਹੀ ਪਾਣੀ ਖਿਸਦਾ ਹੋਇਆ ਨਜ਼ਰ ਆ ਰਿਹਾ? ਬਾਈ ਜੀ ਮਾਹੌਲ ਤਾਂ ਇਸ ਤਰ੍ਹਾਂ ਹੈ, ਗੁਰਬਾਣੀ ਦੇ ਵਿੱਚ ਆਉਂਦਾ ਹੈ ਜੋ ਤਿਸ ਭਾਵੈ ਨਾਨਕਾ ਸਾਹਿਬ ਗੱਲ ਚੰਗੀ। ਇਸ ਟਾਈਮ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਨ, ਦਸੇ ਪਾਤਸ਼ਾਹੀਆਂ ਦੀ ਕੋਈ ਮਿਹਰ ਹੋਵੇ ਤੇ ਸਾਨੂੰ ਪਰਮਾਤਮਾ ਹੀ ਬਚਾ ਸਕਦਾ, ਵੈਸੇ ਕੋਈ ਬਚਣ ਦਾ ਨਾਮੋ ਨਿਸ਼ਾਨ ਨਹੀਂ ਹੈ। ਇਹ ਪੋਲੀਟੀਕਲ ਸਿਆਸੀ ਲੋਕਾਂ ਨੇ ਪਹਿਲਾਂ ਬਿਲਕੁਲ ਵੀ ਇੱਧਰ ਧਿਆਨ ਨਹੀਂ ਦਿੱਤਾ, ਜਦੋਂ ਹੁਣ ਕੁਦਰਤ ਦਾ ਕਰੋਪ ਇਹਨਾਂ ਨੂੰ ਦਿਖਾਈ ਦਿੱਤਾ ਤੇ ਕੱਲ੍ਹ ਬਿਲਕੁਲ ਸ਼ਾਂਤ ਏਰੀਆ ਸੀ
ਤੇ ਰਾਤ ਦੇ ਸਮੇਂ ਆਪਣਾ ਇਹ ਬੰਨ ਦੇ ਨਾਲ ਵੀ ਛੇੜੋ ਛਾੜ ਹੋਈ ਹੈ ਤੇ ਸਵੇਰੇ ਕੁਦਰਤ ਦਾ ਕਹਿਰ ਵਾਪਰਿਆ ਕਿਉਂ ਲਹਿਜੇ ਆਪਣਾ ਜੇ ਕੁਦਰਤ ਨਾਲ ਆਪਾਂ ਛੇੜਛਾੜ ਕਰਾਂਗੇ ਤਾਂ ਕੁਦਰਤ ਆਪਣਾ ਰੰਗ ਦਿਖਾਉਂਦੀ ਹੀ ਦਿਖਾਉਂਦੀ ਹੈ ਕਿਸਾਨ ਤਾਂ ਵੈਸੇ ਹੀ ਕੁਦਰਤ ਦੀ ਮਾਰ ਦੇ ਵਿੱਚ ਹੈ ਸੁਪਰੀਮ ਕੋਰਟ ਦੇ ਵਿੱਚ ਆਪਣਾ ਮਾਨਸਾ ਡਿਸਟ੍ਰਿਕਟ ਪੰਜਾਬ ਦੇ ਹੱਕ ਦੇ ਵਿੱਚ ਇਹ ਆਪਣਾ ਪੱਕਾ ਹੋ ਗਿਆ ਸੀ ਤੇ ਇਹ ਆਪਣਾ ਹੱਕ ਸਾਡਾ ਆਪਣਾ ਪੰਜਾਬ ਦਾ ਬਿਲਕੁਲ ਰਾਈਟ ਸੀਗਾ ਇਹਦੇ ਵਿੱਚ ਕੁਦਰਤ ਵੱਲੋਂ ਛੇੜਛਾੜ ਜਾਂ ਇਲਾਕੇ ਵੱਲੋਂ ਜਾਂ ਸ਼ਰਾਰਤੀ ਅਨਸਰਾਂ ਵੱਲੋਂ ਛੇੜਛਾੜ ਹੋਈ ਹੈ ਇਹਦੇ ਨਾਲ ਤੇ ਹੁਣ ਕਿਸੇ ਵੀ ਪ੍ਰਕਾਰ ਦਾ ਬਚਾਵ ਨਹੀਂ ਹੈ ਦੂਰ ਤੱਕ ਨਜ਼ਰ ਮਾਰੋ ਤਾਂ ਪਹਿਰਾ ਹੀ ਪਹਿਰਾ ਪਾਣੀ ਹੀ ਲਗਾਤਾਰ ਵੱਧਦਾ ਜਾ ਰਿਹਾ ਦੇਖੋ ਤਸਵੀਰਾਂ ਦੇ ਵਿੱਚ ਪਾਣੀ ਦਾ ਲੈਵਲ ਬਹੁਤ ਤੇਜ਼ ਵੱਧ ਰਿਹਾ ਹੈ ਔਰ ਪੁਲਿਸ ਦੇ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਪੁਲਿਸ ਨੇ ਦੇਖੋ ਸੀਟੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਮਿੱਟੀ ਖਿਸਕ ਰਹੀ ਹੈ ਔਰ ਪਾਣੀ ਦਾ ਲੈਵਲ ਹੋਰ ਤੇਜ਼ ਹੋ ਰਿਹਾ ਹੈ ਪਿੱਛੋਂ ਜਿਵੇਂ ਜਿਵੇਂ ਪਾਣੀ ਹੋਰ ਵੱਧ ਰਿਹਾ ਹੈ ਔਰ ਪੁਲਿਸ ਨੇ ਅਲਰਟ ਉੱਥੋਂ ਜਾਰੀ ਕੀਤਾ ਹੋਇਆ ਜਿੰਨੇ ਲੋਕ ਇੱਥੇ ਖੜ੍ਹੇ ਹੋਏ ਨੇ ਬੰਨ ਦੇ ਉੱਤੇ ਵੀ ਹਾਲਾਂਕਿ ਕੋਸ਼ਿਸ਼ ਉਹ ਜ਼ਰੂਰ ਕਰ ਰਹੇ ਸੀ ਕਿ ਬੰਨ ਨੂੰ ਰੋਕ ਸਕੀਏ ਲਾ ਸਕੀਏ ਪਰ ਬੰਨ ਨੂੰ ਹੁਣ ਕਿਸੇ ਵੀ ਤਰੀਕੇ ਨਾਲ ਲਾਉਣ ਦੀ ਤਾਂ ਕੋਸ਼ਿਸ਼ ਜਿਹੜੀ ਆ ਉਹ ਨਹੀਂ ਕਾਮਯਾਬ ਹੁੰਦੀ ਹੋਈ ਨਜ਼ਰ ਆਊਗੀ ਔਰ ਪਾਣੀ ਦਾ ਤੁਸੀਂ ਪੱਧਰ ਦੇਖੋਗੇ ਕਿਸ ਤਰੀਕੇ ਨਾਲ ਵੱਧਦਾ ਹੋਇਆ ਨਜ਼ਰ ਆ ਰਿਹਾ ਪਾਣੀ ਲਗਾਤਾਰ ਤੇਜ਼ੀ ਦੇ ਨਾਲ ਪਾਣੀ ਵੱਧ ਰਿਹਾ ਪੁਲਿਸ ਵੀ ਪਿਛਲੇ ਪਾਸੇ ਹੋ ਗਈ ਹੈ ਪਹਿਲਾਂ ਪੁਲਿਸ ਵੀ ਅੱਗੇ ਪਾਸੇ ਸੀ ਪੁਲਿਸ ਨੇ ਹੁਣ ਸੀਟੀਆਂ ਮਾਰਨੀਆਂ ਸ਼ੁਰੂ ਕਰਤੀਆਂ ਔਰ ਇਹਨਾਂ ਲੋਕਾਂ ਨੂੰ ਪਿਛਲੇ ਪਾਸੇ ਕਰਨਾ ਸ਼ੁਰੂ ਕਰ ਦਿੱਤਾ ਬਾਈ ਇਹ ਮਾਰ ਕਿੱਥੇ ਕਿੱਥੇ ਤੱਕ ਜਾਊਗੀ ਮਾਰ ਮਾਨਸਾ ਦੇ ਕਿਹੜੇ ਕਿਹੜੇ ਪਿੰਡਾਂ ਨੂੰ ਮਾਰੂਗੀ ਔਰ ਸ਼ੁਰੂਆਤ ਕਿੱਥੋਂ ਦੀ ਹੋ ਰਹੀ ਹੈ ਜੀ ਬਾਈ ਜੀ ਸ਼ੁਰੂਆਤ ਇਹ ਕੁੱਲਰੀਆਂ ਕਾਨਗੜ ਕਾਲੀਆ ਸਧਾਣੀ ਚਾਂਦਪੁਰਾ ਮੈਕਸੀਮਮ ਇਹ ਭਾਵ ਸਾਰਾ ਮਾਨਸਾ ਤੋਂ ਲੈ ਕੇ ਸਰਦੂਲਗੜ੍ਹ ਤੱਕ ਦਾ ਏਰੀਆ ਬਿਲਕੁਲ ਪ੍ਰਭਾਵਿਤ ਹੋਊਗਾ ਤੇ ਸਾਡੇ ਜਿਹੜੇ ਲੋਕਲ ਪੰਚਾਇਤਾਂ ਨੇ ਉਹਨਾਂ ਨੇ ਬਹੁਤ ਹੀ ਆਪਣਾ ਸੇਵਾ ਭਾਵਨਾ ਕੀਤੀ ਪਰ ਕੁਦਰਤ ਦੇ ਅੱਗੇ ਤਾਂ ਕਿਸ ਦਾ ਜ਼ੋਰ ਚੱਲਦਾ ਜੇ ਬੰਨ ਨਾ ਟੁੱਟਦਾ ਤਾਂ ਕੀ ਬਚਾਅ ਹੋ ਜਾਣਾ ਸੀ ਕਿਉਂਕਿ ਪਾਣੀ ਤਾਂ ਕਿੱਥੇ ਲੱਗਣਾ ਹੀ ਸੀਗਾ ਪਾਣੀ ਫਿਰ ਕਿੱਥੇ ਜਾਂਦਾ ਇਹ ਪਾਣੀ ਅੱਗੇ ਆਪਣਾ ਹਰਿਆਣੇ ਨੂੰ ਲੰਘ ਜਾਂਦਾ ਰਾਜਸਥਾਨ ਨੂੰ ਲੰਘ ਜਾਂਦਾ ਉਹ ਨਹੀਂ ਹੋਣਾ ਸੀਗਾ ਨੁਕਸਾਨ ਜਿਹੜਾ ਹੁਣ ਹੋਣਾ ਇਹ 5-4 ਮਹੀਨੇ ਤਾਂ ਬਾਈ ਜੀ ਬਿਲਕੁਲ ਵੀ ਇੱਥੇ ਨਾਮੋ ਨਿਸ਼ਾਨ ਫਸਲ ਦਾ ਬਿਲਕੁਲ ਵੀ ਨਹੀਂ ਹੋਣਾ 5-5-10-10 ਫੁੱਟ ਤਾਂ ਗਹਿਰਾਈ ਹੁਣ ਵੀ ਆਪਣੇ ਖੇਤਾਂ ਦੇ ਵਿੱਚ ਆਪਾਂ ਖੜ੍ਹੇ ਹਾਂ ਕੋਠੇ ਡੁੱਬ ਚੁੱਕੇ ਹੈ ਤੇ 5-5-10-10 ਫੁੱਟ ਦਾ ਵਹਾਅ ਅੱਜ ਵੀ ਆ ਚੁੱਕਿਆ ਇੱਥੇ 5-5-10-10 ਫੁੱਟ ਦਾ ਵਹਾਅ ਅੱਜ ਵੀ ਆ ਚੁੱਕਿਆ ਔਰ ਲੈਵਲ ਜੋ ਹੈ ਲਗਾਤਾਰ ਵੱਧ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਬੰਨ ਲਗਾਤਾਰ ਖਿਸਕਦਾ ਜਾ ਰਿਹਾ ਬੰਨ ਲਗਾਤਾਰ ਖਿਸਕ ਰਿਹਾ ਮਿੱਟੀ ਧਸਦੀ ਹੋਈ ਨਜ਼ਰ ਆ ਰਹੀ ਹੈ ਮਿੱਟੀ ਦੇ ਵਿੱਚੋਂ ਨਿਚਲੇ ਪਾਸੋਂ ਦੀ ਪਾਣੀ ਜੋ ਹੈ ਸਾਰਾ ਪਾੜ ਪਾ ਕੇ ਅੱਗੇ ਲੰਘਦਾ ਹੋਇਆ ਨਜ਼ਰ ਆ ਰਿਹਾ ਔਰ ਕਿਸ ਤਰੀਕੇ ਦੇ ਨਾਲ ਇਸ ਵੇਲੇ ਮੰਜ਼ਰ ਬਣਿਆ ਹੋਇਆ ਤਸਵੀਰਾਂ ਦੇਖ ਰਹੇ ਤੁਸੀਂ ਲਾਈਵ ਤਸਵੀਰਾਂ ਸਿੱਧੀਆਂ ਇਹ ਤਸਵੀਰਾਂ ਜੋ ਨੇ ਤੁਹਾਨੂੰ ਚਾਂਦਪੁਰਾ ਬੰਨ ਦੀਆਂ ਦਿਖਾ ਰਹੇ ਹਾਂ ਔਰ ਹੁਣ ਤੱਕ ਇੱਥੇ ਕੋਈ ਵੀ ਨਹੀਂ ਪਹੁੰਚਿਆ ਪ੍ਰੋ ਪੰਜਾਬ ਟੀਵੀ ਨੇ ਇਹ ਪਹਿਲਕਦਮੀ ਕੀਤੀ ਔਰ ਜੀ ਇੱਥੇ ਚੈਨਲ ਪਹਿਲਾਂ ਤੁਹਾਡੇ ਆ ਪ੍ਰੋ ਪੰਜਾਬ ਧੰਨਵਾਦ ਹੈ ਤੁਹਾਡਾ ਤੁਸੀਂ ਨੇ ਸਾਡੇ ਨਾਲ ਹਾ ਦਾ ਨਾਰਾ ਮਾਰਿਆ ਬਾਕੀ ਚਲੋ ਕੁਦਰਤ ਦੇ ਹੱਥ ਹੈ ਬਾਈ ਜੀ ਨਜਿੱਠਾਂਗੇ ਤੁਹਾਨੂੰ ਪਤਾ ਹੈ ਪੰਜਾਬੀਅਤ ਸਦਾ ਮੁਸ਼ਕਲਾਂ ਦੇ ਨਾਲ ਲੜਦੇ ਆਏ ਤੇ ਪਰ ਦੁੱਖ ਦੀ ਗੱਲ ਇਹ ਵੀ ਹੈ ਪੰਜਾਬ ਦੇ ਨਾਲ ਕਿਸੇ ਨੇ ਵੀ ਹਜੇ ਤੱਕ ਕਿਸੇ ਡੇਰਾਵਾਦ ਨੇ ਕਿਸੇ ਵੀ ਸੰਸਥਾ ਨੇ ਆ ਕੇ ਹਾ ਦਾ ਨਾਰਾ ਨਹੀਂ ਮਾਰਿਆ ਸਾਡੇ ਵਾਲੇ ਅਸੀਂ ਹਰ ਇੱਕ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਲੰਗਰਾਂ ਦਾ ਕੀ ਹਰ ਇੱਕ ਤਰ੍ਹਾਂ ਦਾ ਤਨ ਮਨ ਧਨ ਦੇ ਨਾਲ ਸੇਵਾ ਕਰਦੇ ਹਾਂ ਪਰ ਦੁੱਖ ਦੀ ਗੱਲ ਹੈ ਡਰਾਮੇਬਾਜ਼ ਹਮੇਸ਼ਾ ਡਰਾਮੇ ਕਰਦੇ ਆ ਪਰ ਕਿਸੇ ਨੇ ਆ ਕੇ ਸਾਡੇ ਇੱਥੇ ਕਿਸੇ ਨੇ ਆ ਕੇ ਹਾ ਦਾ ਨਾਰਾ ਨਹੀਂ ਮਾਰਿਆ ਤੁਸੀਂ ਤਸਵੀਰਾਂ ਦੇ ਵਿੱਚ ਵੇਖੋਗੇ ਕਿਵੇਂ ਦਰਖਤ ਵੀ ਕਿਵੇਂ ਹੁਣ ਪਾਣੀ ਪੱਟ ਪੱਟ ਕੇ ਕਿਵੇਂ ਅੱਗੇ ਨੂੰ ਉਸੜਦਾ ਹੋਇਆ ਨਜ਼ਰ ਆ ਰਿਹਾ ਹੈ ਪਾਣੀ ਦਾ ਰਫਤਾਰ ਜੋ ਹੈ ਬਹੁਤ ਜ਼ਿਆਦਾ ਤੇਜ਼ ਹੈ ਲੈਵਲ ਪਾਣੀ ਦਾ ਬਹੁਤ ਜ਼ਿਆਦਾ ਤੇਜ਼ ਵੱਧ ਚੁੱਕਿਆ ਹੈ ਬਹੁਤ ਤੇਜ਼ੀ ਦੇ ਨਾਲ ਪਾਣੀ ਅੱਗੇ ਵੱਧ ਰਿਹਾ ਔਰ ਇਹ ਮਾਰ ਪੈਣੀ ਹੈ ਮਾਨਸੇ ਨੂੰ ਇਹ ਮਾਨਸੇ ਨੂੰ ਮਾਰ ਪੈਣੀ ਹੈ ਔਰ ਮਾਨਸੇ ਦੇ ਕਈ ਜੋ ਇਲਾਕੇ ਨੇ ਉਹ ਪਾਣੀ ਦੀ ਮਾਰ ਹਟਾਉਣੇ ਸ਼ੁਰੂ ਹੋ ਚੁੱਕੇ ਨੇ ਤਲਵੰਡੀ ਸਾਬੋ ਤੱਕ ਕਹਿੰਦੇ ਪਾਣੀ ਜਾਊਗਾ ਬਾਈ ਇਹ ਮਾਨਸੇ ਤੋਂ ਅੱਗੇ ਤਲਵੰਡੀ ਸਾਬੋ ਤੱਕ ਮਾਰ ਜੀ ਬਿਲਕੁਲ ਬਾਈ ਜੀ ਬਿਲਕੁਲ ਇਹ ਆਪਣਾ ਜਿੱਥੇ ਤੱਕ ਸੋਚ ਵੀ ਨਹੀਂ ਸਕਦੇ ਇਹਦੀ ਮਾਰ ਉੱਥੇ ਤੱਕ ਹੋਣੀ ਹੈ ਵੈਸੇ ਸਾਡੀ ਇੱਕੇ ਤੁਹਾਡੇ ਚੈਨਲ ਰਾਹੀਂ ਬਾਈ ਜੀ ਇੱਕੋ ਹੀ ਰਿਕੁਐਸਟ ਹੈ ਵੀ ਚਲੋ ਮਾਲੀ ਤੌਰ ਤੇ ਤਾਂ ਪਰਮਾਤਮਾ ਆਪਾਂ ਨੂੰ ਹੋਰ ਵੀ ਦੇ ਦੂਗਾ ਜੇ ਜਾਨ ਹੈ ਤਾਂ ਜਹਾਨ ਹੈ ਬਾਈ ਜੀ ਇੱਕੋ ਹੀ ਬੇਨਤੀ ਕਰਦੇ ਹਾਂ ਸਾਡੇ ਕਿਵੇਂ ਡਿੱਗ ਰਹੇ ਨੇ ਬਾਈ ਆਹ ਦੇਖੋ ਤਾਰਾਂ ਕਿਵੇਂ ਟੁੱਟ ਰਹੀਆਂ ਨੇ ਖੰਭਾ ਕਿਵੇਂ ਡਿੱਗ ਰਿਹਾ ਖੰਭਾ ਹਾਲਾਂਕਿ ਕਿੰਨੀ ਹਾਈਟ ਦੇ ਉੱਤੇ ਖੜਾ ਹੋਊਗਾ ਦੇਖੋ ਉਹ ਵੀ ਕਿਵੇਂ ਡਿੱਗ ਚੁੱਕੀ ਹੈ ਤਾਰਾਂ ਕਿਵੇਂ ਇੱਥੇ ਟੁੱਟਦੀਆਂ ਨਜ਼ਰ ਆ ਰਹੀਆਂ ਸਾਡੇ ਇਲਾਕਾ ਨਿਵਾਸੀਆਂ ਨੂੰ ਇਹੀ ਮੋਤਵਰ ਪੰਚਾਇਤਾਂ ਨੂੰ ਇਹੀ ਬੇਨਤੀ ਕਰਦੇ ਹਾਂ
भी अपने ना तुसी माली तौर पर तो नुकसान चलो कुदरत वालों हो ही गया तो जानी तौर पर अपना बचत करो। बाकी जो भी सेवादार साढ़े लंगर के लागे दागे के पिंड मस्तुआर साहब तो भी आए थे कानगढ़ गुरद्वारा साहब के बख्शीवाला कुलरिया धनपुरा सारे पिंड गुरद्वारा साहब लंगर बन के आया उन्हों का असी तह दिलों शुक्र गुजार हाँ साढ़े एरिए वालों उन्हों का धन्यवाद कर। समाज सेवा जी है बहुत सारी NGOs कर रही है और इतने भी हुण लोड़ है क्योंकि हड़ दे प्रभावित ये इलाके बन चुके ने और इतने हुण लोड़ है कि आके हैल्प की जाए मदद की जाए। तो तस्वीर तुम दिखा रहे हैं दविंदर एक बार तस्वीर ये पूरे इलाके की दिखाओ हूँ अगर इधर कैमरा घुमाओ देखो पहाड़ इतने पे है और हूँ सज्जे हों तुम सारी तस्वीर दिखावे कि किमें बिल्कुल दरख्त भी बन बंध नाल जो लगे हुए सारे वह डिगते जा रहे हैं और यह सारा पानी मानसे अगे वधदा होया नजर आ रहा है। मानसे की मार जो है वह कुलरिया भावा सारे पासे नू जो है वो मार पैंदी हुई नजर आ रही है। अगले पासे नू पानी बहुत तेजी नाल वध रहा है और इस वेले असी चांदपुरा बंध के उत्ते मौजूद हाँ। तुहानू दूसरे पासों भी चलते हैं अगे जाके तुहानू तस्वीर दिखाते हैं लगातार तुसी वेखो किस तरीके का यह तबाही का मंजर जो है वह लगातार वध रहा है और बन जो है लगातार खिसकता हुआ नजर आ रहा है लगातार बन जो है वह खिसकता जा रहा है और यह तस्वीर तुसी वेखोगे किवें हुणे देखते देखते ही दरख्त जिहड़े ने वो किवें इस पानी की मार हेठ आउंदे ने और किवें पानी ने वह पट के परां नूं सुट दिता और पूरा तुसी ये देखोगे 30 फुट तो भी ज़्यादा पहाड़ जो है इस वेले नज़र आ रहा है। हालांकि पिंड दे लोकां दे वल्लों जरूर कोशिशां कीतियां गईयां अपने तौर दे उत्ते उन्होंने कोशिशां कीतियां कि बन नूं असी ला दईए नक्का जोड़ दईए पर कुदरत दी ऐसी मार है क्योंकि पानी किसी नूं पुछ के राह नहीं बणाउंदा पानी अपना राह आप ही बणाउंदा और उसी तरीके नाल राह बणाया और हुण मार यह पिंड वालियां नूं पई है और रात तो ही पिछले कई दिनों तो इतने इन्हों के वालों कोशिशा जारी सी कि असी आके नके ला दीए इतने बन नूं कितना कितने जोड़ के रखिए क्योंकि पिछले पासों लगातार पानी वध रहा सी। प्रशासन की भी यह नलायकी रही है इतने क्यों नहीं पहला आके ध्यान दिता गया लगातार इतने अलर्ट जारी होए हुए सी पिंड वाले लगातार यह खदशा जता रहे सी कि इतने बन टुट सकता है तो क्यों नहीं प्रशासन पहुंचा प्रशासन ने आके क्यों नहीं इतने सार लिती क्यों नहीं आके इतने उन्होंने इस पिंड नूं बचाया तो हुण पंजाब नूं होर मार पऊगी पंजाब दे कई पिंड हुण तबाह हुंदे हुए नज़र आउणगे तो तस्वीरां दे विच वेख सकदे हो पहाड़ हुण कितना ज़्यादा पै चुकिया है और बन दा तुसीं फासला देख सकदे हो कितना वध चुकिया और लगातार देखदे देखदे जो है वह मिट्टी खिसकदी नज़र आ रही है। तो पहलां बाई होणी जरूर इत्थे कम कर रहे सी बन लाउण दी कोशिश कर रहे सी तो हुण बन वी बंद करता बाई बाई जी बन लगे नहीं सकदा हुण एक अगर है जिहड़ा साडे वास्ते दूरी मार है बरसातों के दिनों हड़ आते हैं तो जो साफ मौसम होंगे उदो डेराबसी साइड दी फैक्ट्रिया का जिहड़ा गंदा पानी है वो साडे इलाके वास्ते कैंसर वर्गियां बीमारियां लेके आउंदा है। सरकारां दी नलक्की है क्योंकि यह जगह जिहड़ी पंजाब सरकार की मालकी है तो पैंदा है हरियाणे दे विच चांदपुरा च है तो यह जो बन्न टुटदा है तो चांदपुरा तो सधाणी नूं नाल लैके बाकी मानसा जिले दियां बुढलाडा तो सरदूलगढ़ तहसील है जिहड़ी उहदे पिंडां नूं इह 1962 दे विच 88 दे विच 1993 दे विच तबाह कर चुका है 2010 ते 1995 दे विच भी बहुत माड़े हालात सी पर लोकां ने अपने पद्धर ते इहनूं बन्न नूं टुट्टण तों बचाया। अज सवेर तक तुसीं कोशिशां कर रहे सी कि 5 बजे तक लगे होए सी असीं पिछले 8 दिनां तों लगातार लगे होए आ इत्थे जिहड़ी साइफन बणी हुई हैगी ਭਾਖੜਾ ਨਹਿਰ ਉੱਪਰ ਦੀ ਜਾਂਦੀ ਹੈ ਤੇ ਥੱਲੋਂ ਦੀ ਹੈ ਘੱਗਰ ਜਾਂਦੀ ਹੈ ਖੜੇ ਆ ਉੱਥੇ ਵੀ ਬੰਨ ਟੁੱਟਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਸਾਡੇ ਵਾਸਤੇ ਸਮੱਸਿਆ ਸਾਨੂੰ ਕਰੀ ਹੈ ਤਾਂ ਭਾਈ ਆਪਾਂ ਚੱਲਦੇ ਆ ਸਮਝਦਾਰੀ ਇਹੀ ਹੈ ਕਿ ਇਧਰਲੇ ਪਾਸੇ ਨਾ ਖੜਿਆ ਜਾਵੇ ਇਧਰ ਦਵਿੰਦਰ ਇਧਰ ਕਰੋ ਕੈਮਰਾ ਭਾਈ ਆ ਜਾਓ ਯਾਰ ਆ ਜਾਓ ਸਾਰੇ ਆ ਜਾਓ ਐਵੇਂ ਜਾਨ ਨਾ ਖਤਰੇ 'ਚ ਪਾਈਏ ਆ ਜਾਓ ਇਧਰ ਨੂੰ ਆ ਜਾਓ ਆ ਜਾਓ ਭਾਈ ਬਣ ਕੇ ਅੱਗੇ ਆ ਜਾਓ ਆ ਜਾਓ ਛੱਡ ਦੇ ਫੋਨ ਓਏ ਮੋਬਾਈਲ ਛੱਡ ਦੇ ਯਾਰ ਆ ਜਾ ਚਲੋ ਆਓ ਆ ਜਾਓ ਆ ਜਾਓ ਆ ਜਾਓ ਠੀਕ ਹੈ ਠੀਕ ਹੈ ਠੀਕ ਹੈ ਆ ਜਾਓ ਭਾਈ ਕੱਢੋ ਇਹਨਾਂ ਨੂੰ ਸਾਰਿਆਂ ਨੂੰ ਲੈ ਜਾਓ ਪਿੱਛੇ आ जाओ भाई तुसी करो हिम्मत मारो जी तुसी तुसी भी दिखाओ इन्हां नूं हिम्मत मारो भाई तुसी दोवां कहो तुसी दोवें आ जाओ आ जाओ आ जाओ आ जाओ भाई आ जाओ आ जाओ आ जाओ आ जाओ आउण दा काम ही नहीं हैगा आ जाओ भाई नुकसान करवावांगे होर 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 आ जाओ आ जाओ आ जाओ ਤਾਂ ਦੇਖਦੇ ਦੇਖਦੇ ਮਿੱਟੀ ਖਿਸਕ ਰਹੀ ਹੈ ਤੁਸੀਂ ਵੇਖੋ ਖੜੇ ਸੀ ਜਿੱਥੇ ਉੱਥੇ ਬੰਦ ਹੀ ਮਿੱਟੀ ਖਿਸਕੀ ਬਾਈ ਹਾਲ ਮੈਨੂੰ ਲੱਗਦਾ ਮਾੜਾ ਹੀ ਹੋਣਾ ਕਿਉਂਕਿ ਇੱਥੇ ਤੱਕ ਕਹਿ ਰਹੇ ਨੇ ਬਾਈ ਗਿੱਲੀ ਵੀ ਮਿੱਟੀ ਹੋ ਚੁੱਕੀ ਹੈ ਜੀ ਬਿਲਕੁਲ ਵੀਰੇ ਬਿਲਕੁਲ ਕਿਸੇ ਵੀ ਪ੍ਰਕਾਰ ਦਾ ਨਾ ਕੁਦਰਤ ਬਚਾਵੇ ਬਚਾਵੇ ਵੈਸੇ ਆਪਣਾ ਨਾ ਕਿਸੇ ਵੀ ਪ੍ਰਕਾਰ ਦਾ ਕੋਈ ਬਚਣ ਦਾ ਹੀਲਾ ਨਹੀਂ ਹੈਗਾ ਤੇ ਪ੍ਰਸ਼ਾਸਨ ਦੀ ਇਹ ਬਿਲਕੁਲ ਨਲਾਇਕੀ ਹੈ ਪਹਿਲਾਂ ਤੋਂ ਹਰ ਇੱਕ ਨੂੰ ਪਤਾ ਸੀਗਾ ਵੀ ਆਪਣਾ ਪਿੱਛੇ ਬਾਰਿਸ਼ ਹੋ ਰਹੀ ਹੈ ਪਿੱਛੇ ਪਾਣੀ ਆ ਰਿਹਾ ਤੇ ਉਹਨਾਂ ਨੇ ਕਿਸੇ ਵੀ ਪ੍ਰਕਾਰ ਦਾ ਹੁਣ ਡਰਾਮੇ ਜਿੰਨੇ ਮਰਜ਼ੀ ਕਰੀ ਜਾਵੇ
कोई वो चीज का कोई भी किसी भी प्रकार का वो राइट नहीं बनता हूँ। ठीक है ठीक है ठीक है। पहला कोशिश जरूर सी कि बन ला दिता जाए पर बन नहीं लग्या और मिट्टी हुण इस बन की भी खिसदी हुई नजर आ रही है। तो यह मंजर है इस वेले हालात माड़े ने, हाई अलर्ट इन्हां थावां दे विच जारी हो चुकी है। मानसा दे विच हाई अलर्ट हुण जारी हो रहा है, पिंडां दे विच पानी वड़ रहा है। तो लगातार ग्राउंड तो तुहानूं असीं पल पल की रिपोर्ट जो है देंदे रहांगे। कैमरा परसन दविंदर दे नाल गगनदीप सिंह, प्रो पंजाब टीवी।